हाँ भाई, प्रीत अलाही फकीरी है, अलाही फकीरी है। प्रीत गुरु नानक निरंकारी दा सच्चा सिखी जीवन है। वाह वाह। प्रीत गुरु नानक निरंकारी दा सच्चा राज योग है। राज योग है। हाँ, ओ तार तो उधर लगी है, इत्थे ठाठा बग करी जांदा, ओ तार तो उधर लगी है भाई, इत्थे ठाठा बग करी जांदा, ओ एड्डा वड्डा किस्सा सी नवाया। प्रीत सच्चा गुरमुखी सिखी जीवन है, गुरमुख संत प्रीत दियां मूर्तां हन। वाहिगुरु, ओह प्रतख मूर्तां हन, जिम्मे खुशबू धरती चो आउंदी है, बूटे थानी लंघ के ओह उस प्रीत प्रतख स्वरूप की है फुल। वाह, फुल स्वरूप चो खुशबू नहीं खुशबू देनी, मीठी मीठी प्यारी प्यारी खुशबू कितनी चंगी लगती है। नहीं और अभी खुशबू नु कौन लगे, माया का जुकाम होया, सन तो खुशबू ही नहीं आउंदी, माया का जुकाम लग्या है, नक्की साडे बिगड़े। और प्रीत नाम रखाण वालियां बन्ने बन्नी दियां लड़ लगियां, बन्ने बन्नी में इसकी मर्द, मावां पुत्तां दे भाव, ए सारी प्रीतां ਭੈਣਾਂ ਭਰਾਵਾਂ ਦੇ ਮੋਹ, ਇਹ ਸਭ ਕਈ ਪ੍ਰਕਾਰ ਦੀਆਂ ਧੜੇ ਬੰਦੀਆਂ ਜਥੇਬੰਦੀਆਂ ਇਹ ਧੜੇ ਬੰਦੀਆਂ ਭਾਈ, ਇੱਕ ਇਸ ਕਿਸਮ ਦੀਆਂ ਧੜੇ ਬੰਦੀਆਂ, ਇੱਕ ਹੁਣ ਤੁਹਾਡੀ ਅੱਜ ਤੁਸੀਂ ਪਾਰਟੀ ਬਾਜ਼ੀਆਂ ਕਰਦੇ ਹੋ ਵੀ ਧੜੇ ਬੰਦੀਆਂ, ਇੱਥੇ ਕਿੱਥੇ ਵੀ ਜਿੱਥੇ ਪਾਰਟੀ ਬਾਜ਼ੀ ਹੈ ਉੱਥੇ ਧੜੇ, ਉੱਥੇ ਧੜੇ। ਉਹ ਬਈ ਜਿੱਥੇ ਪ੍ਰੀਤ ਹੋ ਗਈ ਸਗਲ ਸੰਘ ਹਮਕੋ ਬਣੇ ਆਈ, ਨਾ ਕੋ ਬੈਰੀ ਨਹੀਂ ਬਗਾਨਾ, ਜੇ ਅਵਸਥਾ प्रीत वाले की यही अवस्था होगी, ना को वैरी नहीं बजाना, सगल संग हमको बनिया। हां जी, इन्ना भी चंगिया ते सोनिया ओही हन जिन्ना नू सतगुरु दा नाम सचखंडी परिवार बन बनावे, नहीं ता सब धड़े बंदियां कूड़वे कूड़वे लगे, सारिया थोड़ी धड़े बंदी कूड़े कूड़े। मेरे फामा मासी दी है, मेरे फुफी है, मैं फलाना, मेरे रिश्तेदारी इन्नी है, फलाने तनखा जिन्नी, मेरी पार्टी दी मेरे है, सब तड़े बंदियां भाई, कूड़ है कूड़ कूड़ ना पिया करो भाई, तेरे बने रब ना लाओ जो भी, या उन्हें सागड़ा ना लाओ, ये जिन्हें को मिलके करो कहानियां समर्थ कंत की है। ਇਹ ਗੱਲਾਂ ਕੂੜ ਨਾ ਹੋਵਣ ਤਾਂ ਸੰਸਾਰ ਦਾ ਇਹ ਹਾਲ ਹੋਣਾ, ਭਾਈ ਇਹ ਸਭ ਇਉਂ ਆਖੀਆਂ ਗੱਲਾਂ ਕੂੜ ਕੋਈ ਨਾ ਭਾਈ ਕੋਈ ਨਾ, ਪ੍ਰੀਤ ਦੀ ਤਾਂ ਜਿੱਥੇ ਇੱਕ ਕਣੀ ਹੋਵੇ, ਹਾਏ ਹਾਏ ਇੱਕ ਕਣੀ ਭਾਈ, ਕਿਣਕਾ ਇੱਕ ਜਿਸ ਜੀਵ ਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ, ਕਿਣਕਾ ਹੀ ਬਸ ਹੈ ਪ੍ਰੀਤ ਦੀ, ਜਿੱਥੇ ਇੱਕ ਕਣੀ ਹੋਵੇ ਉੱਥੇ ਸੱਚਖੰਡ ਦੀ ਮਹਿਮਾ ਵਰਤ ਜਾਂਦੀ, ਉੱਥੇ ਸੱਚਖੰਡ ਉਹਦਾ ਜੀਵਨ, ਉਸ ਜੇ ਹਿਰਦੇ ਅੰਦਰ ਕਣੀ ਹੋਏਗੀ ਉਹਦਾ ਜੀਵਨ ਉਹ ਦੁਨੀਆਂ ਨਾਲ ਡਿਫਰੈਂਟ ਹੋਏਗਾ। ਕਣੀ ਮਿਲਦੀ ਕਿੱਥੋਂ ਹੈ, ਸ਼ੋਰ ਮਾਰ। ਹਾਂ ਜੀ, ਪ੍ਰੀਤ ਦੇ ਅੱਖ ਪਲਕਾਰੇ ਨਾਲ ਕੋੜੀ ਰੋਗੀ ਚੰਗੇ ਹੋ ਜਾਣ। ਹਾਂ ਜਾਦੂ ਹੈ ਇਹ। हां जी, प्रीत दे इशारे नाल मुर्दे उठ खलोण, मुर्दे उठ खलोण जद जो होया। हां जी, इक कणी प्रीत अंदर होवे तां सब चीजां चंगियां चंगियां लगण लग जांदियां, सोणी सोणी लगदियां, उन्हां चिर मत्थे ते वट पैंदे जदों इह प्रीत मिलदी, उन्हां चिर नक चढ़दे। हां जी, अखां विच ओह अमृत मित्रता आ जांदी है, अमृत मित्रता, अमृतमयी मित्रता, ਨਾ ਕੋ ਵੈਰੀ ਨਹੀਂ ਬੇਗਾਨਾ, ਫਿਰ ਉੱਥੇ ਨਹੀਂ ਦਿਸਦਾ ਜੋ ਵੈਰੀ ਕੋਈ ਨਹੀਂ ਰਹਿੰਦਾ। ਹਾਂ ਜੀ, ਬਾਹਾਂ ਵਿੱਚ ਉਹ ਪਿਆਰ ਭਰ ਜਾਂਦਾ ਹੈ ਜੋ ਕਾਹਾਂ ਪੱਥਰਾਂ ਬਿਰਛਾਂ ਨੂੰ ਗੁਲਬਕੜੀ ਪਾਉਂਦੇ। ਹਾਂ, ਓਏ ਪੂਰਨ ਸਿੰਘ ਆਪ ਦਾ ਇਹ ਹਾਲਤ ਹੋਈ ਸੀ, ਉਥੋਂ ਲਿਖਦਾ ਨਾ, ਤੇ ਜਦੋਂ ਪ੍ਰੀਤ ਦਾ ਰਾਹ ਆਉਣੀ ਬਸ ਜੇ ਕੋਈ ਸਾਹਮਣੇ ਦਰਖਤ ਮਿਲਿਆ ਤੇ ਉਹਨੂੰ ਚੁੱਪੀ ਪਾ ਕੇ ਬਸ ਉਸੇ ਚ ਆਪਣੇ ਪਿਆਰ ਸਵਾਦ ਮਾਨਦਾ ਦੇਣਾ, ਜੇ ਕੋਈ ਘੋੜਾ ਮਿਲ ਪਿਆ ਉਹਨੂੰ ਇੱਕ ਪੱਤ ਕੁੱਤਾ ਬਿੱਲੀ ਮਿਲ ਗਿਆ, ਹੁਣ ਉੱਥੇ ਵੈਰਾਗੀ ਵੀ ਵੈਰਾਗੀ ਵੈਰਾਗੀ ਦੀ ਵੀ ਇੱਕ ਐਤਵਾਰ, ਉਹ ਵੀ
ਲੋਕੀ ਲੈ ਤੂੰ ਤਾਂ ਅੰਮ੍ਰਿਤ ਧਾਰੀਏ ਤੇਰੇ ਤਾਂ ਕੁੱਤੇ ਨੇ ਉਹ ਕਹਿੰਦਾ ਨਹੀਂ ਭਾਈ ਇਹ ਤਾਂ ਰੱਬ ਮੇਰੇ ਨਾਲ ਪਿਆਰ ਕਰਦਾ ਹੈ। ਹਾਸਾ ਹਾਂਜੀ ਖੁਸ਼ੀ ਮਸਤੀ ਮਿਟਾਏ ਨਾ ਮਿਟੇ। ਖੁਸ਼ੀ ਤੇ ਮਸਤੀ ਚੜੀ ਗਰੀਬ ਆਦਮੀ ਹੈ ਮੇਰਾ ਕੀ ਹੋਣੀ ਹੋਰ ਹੋ ਜਾਏ ਗਰੀਬ ਆਦਮੀ ਹੈਗੇ ਚੜਿਆ ਰਹਿੰਦਾ ਪਰ ਉਹਨਾਂ ਦੀ ਮਸਤੀ ਬਸ ਆਨੰਦ ਚ ਰਹਿੰਦੇ। ਹਾਂਜੀ ਇੱਕ ਕਣੀ ਪ੍ਰੇਮ ਹੋਵੇ ਤਾਂ ਮੌਤ ਦੇ ਕਿਲੇ ਚੂਰ ਪੂਰ ਹੋਵੇ। ਮੌਤ ਕੀ ਸਾਹਮਣੇ ਮੌਤ ਜਿੱਥੇ ਪਿਆਰ ਹੈ ਉੱਥੇ ਰੱਬ ਹੈ ਰੱਬ ਜਿੱਥੇ ਉੱਥੇ ਮੌਤ ਜਿੱਥੇ ਜਿੱਥੇ ਰੋਸ਼ਨੀ ਆ ਗਈ ਉੱਥੇ ਨੇਰ। ਹਾਂਜੀ ਕਣੀ ਪ੍ਰੇਮ ਹੋਵੇ ਤਾਂ ਮੌਤ ਦੇ ਕਿਲੇ ਚੂਰ ਪੂਰ ਚਰਨਾਂ ਵਿਚ ਰੁੜਦੇ ਹਨ ਔਰ ਸਵਾਸਾਂ ਦੇ ਦਮ ਦਮੇ ਥੀ ਮੌਤ ਪਰ ਆਖਰੀ ਫਤਿਹ ਦੀਆਂ ਛਲਕਾਂ ਹੋਣ ਲੱਗ ਜਾਂਦੀਆਂ। ਪ੍ਰੀਤ ਹੋਵੇ ਜੀ ਦਾਨ ਦੇਣ ਵਾਲੀ ਖੁਸ਼ਬੂ ਹੇਠੋਂ ਭਰੀ ਜਾਂਦੀ ਹੈ ਗੁੰਚਾ ਐ ਪਹਿਲਾਂ ਹੁੰਦਾ ਹੈਗਾ ਫੇਰ ਉਹ ਜਦੋਂ ਪੂਰਾ ਭਰ ਜਾਂਦਾ ਤੇ ਫਿਰ ਉਹ ਖਿੰਡਦਾ ਤੇ ਫੇਰ ਦੇਈ ਜਾਂਦਾ ਦੇਈ ਜਾਂਦਾ ਉਹ ਦਾਤ ਦੇਈ ਜਾਂਦਾ ਹੈ ਉਹ ਆਪ ਥੋੜਾ ਦਿੰਦਾ ਹੈ ਕੋਈ ਹੋਰ ਦਵਾਉਂਦਾ ਉਹਦੇ ਕੋਲੋਂ ਕੋਈ ਹੋਰ ਦਵਾ ਰਿਹਾ ਉਹ ਤਾਂ ਡੁੱਲੀ ਜਾਂਦਾ ਹੈ। ਹਾਂ ਬਈ ਪ੍ਰੀਤ ਹੋਵੇ ਜੀ ਦਾਨ ਦੇਣ ਵਾਲੀ ਜੀ ਦਾਨ ਜੋ ਕੁਛ ਫੁੱਲ ਦੇ ਵਿਚ ਧਰਤੀ ਚੋਂ ਮਿਲਿਆ ਉਹ ਜੀ ਦਾਨ ਦੇਈ ਜਾਂਦਾ ਉਹ ਇਸੇ ਤਰ੍ਹਾਂ ਜੀ ਦਾਨ ਦੇਣ ਵਾਲੀ ਪ੍ਰੀਤ ਹੋਵੇ ਇਹ ਆ ਜਿਹੜੀ ਇਸਤਰੀ ਤੇ ਮਰਦ ਤੇ ਬੱਚਿਆਂ ਵਾਲੀ ਪ੍ਰੀਤ ਇਹ ਤੁਹਾਨੂੰ ਫਸਾਉਂਦੇ ਹੈ ਇਹ ਫਸਾਉਂਦੇ ਹੈ ਤੇ ਉਹ ਰੱਬੀ ਪ੍ਰੀਤ ਜਿਹੜੀ ਹੈ ਉਹ ਤੁਹਾਨੂੰ ਛੁਡਾਉਂਦੀ ਹੈ ਇਹਨਾਂ ਤੋਂ ਕਿੰਨਾ ਫਰਕ ਹੈ ਇਹ ਤੁਹਾਨੂੰ ਛੁਡਾਉਂਦੀ ਹੈ ਤੇ ਉਹ ਫਸਾਉਂਦੀ ਇਸ ਕਰਕੇ ਉਹ ਸਾਡੇ ਕੋਲ ਨੁਕਸਾਨ ਦੇ ਇਹਦਾ ਮਤਲਬ ਨਹੀਂ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਕਰਨਾ ਇਸਤਰੀ ਮਰਦ ਨਾਲ ਪਿਆਰ ਨਹੀਂ ਕਰਨਾ ਸਾਰਿਆਂ ਨਾਲ ਉਹ ਨਹੀਂ ਉਹ ਫਿਰ ਵਿਸ਼ ਵਿੱਚ ਆ ਜਾਂਦੇ ਨਾ ਫਿਰ ਤਾਂ ਉਹਦਾ ਬਹੁਤਾ ਪਿਆਰ ਆਉਂਦਾ ਹੋਰ ਤਾਂ ਉਹ ਰੱਬ ਉਹ ਆਪਣੀ ਇਸਤਰੀ ਨੂੰ ਕਾਹਨੂੰ ਪਿਆਰ ਕਰਦਾ ਉਹ ਨਾਨਕ ਨੂੰ ਪਿਆਰ ਕਰਦਾ ਸੱਚੀ ਮੁੱਚੀ ਸਤਰਾ ਹੁੰਦਾ ਉਹਨੂੰ ਉਹਦੇ ਚ ਨਾਨਕ ਨਜ਼ਰ ਆਉਂਦਾ ਉਹਨੂੰ ਉਹਦੇ ਚ ਮਹਿਸੂਸ ਕਰ ਹੁੰਦਾ ਹੈ ਉਹ ਜਦੋਂ ਜੱਫੀ ਪਾਉਂਦਾ ਬੱਚੇ ਨੂੰ ਜਿਵੇਂ ਉਹਨੇ ਕੁੱਤੇ ਨੂੰ ਜੱਫੀ ਪਾਇਆ ਤੇ ਉਹ ਅੰਦਰ ਹਾਂਜੀ ਵਸਤੂ ਰੂਪ ਪਰ ਅਸਲ ਵਿੱਚ ਸਦਾ ਲਈ ਅਵਸਤੂ ਤੇ ਲੋਕੀ ਆਖਣ ਐਸੀ ਅਸੀਂ ਪ੍ਰੀਤਵਾਨ ਹਾਂ। ਹਾਂਜੀ ਅਸੀਂ ਬੰਨੇ ਬੰਨੀ ਪ੍ਰੀਤਵਾਨ ਹਾਂ। ਹਾਂਜੀ ਅਸੀਂ ਮਾਂ ਪੁੱਤ ਹਾਂ ਅਸੀਂ ਭੈਣ ਭਰਾ ਹਾਂ। ਪ੍ਰੀਤ ਦੀ ਇੱਕ ਕਣੀ ਹੋਵੇ ਤਦ ਰੋਂਦੇ ਚੁੱਪ ਹੋ ਜਾਣ ਹੱਸ ਪੈਣ ਖੁਸ਼ੀ ਹੋ ਜਾਣ। ਹਾਂਜੀ ਇੱਕ ਜੋੜਾ ਹੋਵੇ ਤੇ ਜੇ ਸਤਿਗੁਰਾਂ ਦੀ ਮਰਜ਼ੀ ਹੋਵੇ ਤਾਂ ਇੱਕ ਜੋੜਾ ਸਾਰੇ ਸੰਸਾਰ ਦਾ ਰੰਗ ਬਦਲ ਦੇ ਰੰਗ ਬਦਲ ਜੋੜਾ ਜੋੜਾ ਕੀ ਕੱਲਾ ਹੀ ਬਸ ਹੈ ਤੇ ਹੁਣ ਤੇ ਉੱਥੇ ਬੇਨਤੀ ਹੋ ਗਈ ਭੁੱਖੇ ਨੂੰ ਅੰਨ ਦਿੱਤਾ ਪਰ ਖੁਸ਼ ਨਾ ਕੀਤਾ ਤਾਂ ਕਿਸ ਕੰਮ ਕਿਸ ਕੰਮ ਉਹ ਅੰਨ ਦਿੱਤਾ ਸ਼ਾਮ ਨੂੰ ਫਿਰ ਭੁੱਖੇ ਹੋ ਜਾਣਾ। ਅੰਨੇ ਨੂੰ ਅੱਖਾਂ ਦਿੱਤੀਆਂ ਪਰ ਦਿਲ ਖੁਸ਼ੀ ਨਾ ਕੀਤਾ ਤਾਂ ਕਿਸ ਕੰਮ ਦਿਲ ਤਾਂ ਖੁਸ਼ੀ ਨਹੀਂ ਕੀਤਾ ਮਤਲਬ ਹੈ ਕਿ ਉਹਦੇ ਉਹ ਮਨ ਤਾਂ ਉਹਦਾ ਉਸ ਤਰ੍ਹਾਂ ਰਿਹਾ ਅੱਖਾਂ ਦੇਤੀਆਂ ਮਤੇ ਹੋਰ ਫਸੂਗਾ ਤੇ ਜੇ ਦਿਲ ਖੁਸ਼ੀ ਕਰਕੇ ਫਿਰ ਜ਼ਹਿਰ ਦੇ ਮਾਰਿਆ ਤਾਂ ਕਿਸ ਕੰਮ ਫਿਰ ਮਾਇਆ ਫਸਾਤਾ ਜੀ ਸਰ ਮਾਇਆ ਬਹੁਤੀ ਹੋ ਜਾਵੇ ਮੇਰੀ ਲਾਟਰੀ ਮਿਲ ਜਾਏਗੀ ਜਾਂ ਵੀ ਤੈਨੂੰ ਲਾਟਰੀ ਮਿਲ ਜਾਏਗੀ ਤੇ ਕਿਆ ਹੋ ਗਿਆ ਜ਼ਹਿਰ ਜ਼ਹਿਰ ਵਸਤਰ ਦਿੱਤੇ ਤਾਂ ਅੰਦਰ ਦੀ ਖੁਸ਼ੀ ਨਾ ਦਿੱਤੀ ਤਦ ਕਿਸ ਕੰਮ ਜੇ ਰੋਗੀ ਨੂੰ ਰਾਜ਼ੀ ਕੀਤਾ ਮੁਰਦੇ ਨੂੰ ਜਵਾ ਲਿਆ ਤੇ ਉਸਦੇ ਜੀ ਨੂੰ ਮੋਏ ਰੂਹ ਨੂੰ ਰਾਜ਼ੀ ਨਾ ਅੰਦਰਲਾ ਬਦਲੀ ਨਾ ਹੋਇਆ ਅਸੀਂ ਮਹਾਤਮਾ ਗਾਂਧੀ ਕਹਿੰਦਾ ਨਾ ਮੇਰਾ ਪੁੱਤ ਮੁਸਲਮ ਹਿੰਦੂ ਸੀ ਤੇ ਨਾ ਹੁਣ ਮੁਸਲਮਾਨ ਹੋਇਆ ਇਹ ਤਾਂ ਐਵੇਂ ਪੁਰੀਆਂ ਗੱਲਾਂ ਫਜ਼ੂਲ ਗੱਲਾਂ
ਤੋ ਅੰਦਰ ਦਾ ਬਦਲ ਨੀ ਹੋਇਆ ਅਸੀਂ ਐਵੇਂ ਫੜ ਕੇ ਤਲਵਾਰ ਨਾਲ ਡਰਾ ਕੇ ਲਾਲਚ ਦੇ ਕੇ ਕ੍ਰਿਸਚਨ ਬਣਾ ਲਿਆ ਕਿਸੇ ਨੂੰ ਮੁਸਲਮਾਨ ਬਣਾ ਲਿਆ ਕਿਸੇ ਨੂੰ ਐਵੇਂ ਤੇ ਅੰਮ੍ਰਿਤ ਛਕਾ ਦਿੱਤਾ ਤੇ ਅੰਦਰ ਤਾਂ ਬਦਲੀ ਨਾਨਾ ਹੋਇਆ ਅੰਦਰੋਂ ਤਾਂ ਨਾਨਾ ਜੋੜੀ ਦੌੜ ਲੱਗੀ ਤਾਰ ਨਾ ਵੱਜੀ ਮਗਰ ਉਹੀ ਹਾਲ ਉਹਨਾਂ ਜਾ ਕੇ ਦੇਖੋ ਕਿਆ ਹਾਲ ਮੈਂ ਬੰਨੀ ਨੂੰ ਗਹਿਣੇ ਪਾ ਪਿਆਰ ਕੀਤਾ ਤਾਂ ਕਿਸ ਕੰਮ ਜਦ ਜੰਮ ਦੇ ਦੂਤ ਉਸਦੇ ਰੂਹ ਨੂੰ ਫੜ ਕੇ ਮੇਰੇ ਸਾਹਮਣੇ ਜੀਵਨਦਾਨ ਨਾ ਮਿਲਿਆ ਤਾਂ ਕੀ ਹੈ ਹੁਣ ਤਾਂ ਬੜਾ ਪਿਆਰ ਕੀਤਾ ਉਹਨੂੰ ਉਹਦੇ ਕੱਪੜੇ ਹੁਣ ਸੋਹਣੇ ਸੋਹਣੇ ਸੂਟ ਲਵਾਇਆ ਤੇ ਜਦੋਂ ਮਾਂ ਤਾਂ ਇਹਨੂੰ ਜੰਮ ਫੜ ਕੇ ਲੈ ਗਿਆ ਫਿਰ ਕੀ ਕੀਤਾ ਫਿਰ ਤਾਂ ਤੂੰ ਤਾਂ ਉਹਦੇ ਮਸਾਈ ਵੀ ਨਹੀਂ ਹੋਣਾ ਅੰਦਰ ਤਾਂ ਬਦਲੀ ਨੀ ਕੀਤਾ ਜਮਾਂ ਦੇ ਵਸਤਰ ਕੱਢ ਦਿੱਤਾ ਪ੍ਰਸਾਦ ਸੀ ਉਹ ਤਾਂ ਗਹਿਣੇ ਸੀ ਮਾਂ ਨੂੰ ਦੁੱਧ ਪਿਲਾਇਆ ਤਾਂ ਕਿਸ ਕੰਮ ਜਦ ਮਾਂ ਹੋਰੀ ਪੁੱਤ ਪੁੱਤ ਕਰਕੇ ਨਰਕਾਂ ਨੂੰ ਗਏ ਹਾਂ ਜੀ ਜਗਤ ਦੀ ਧੜੇਬੰਦੀ ਐਵੇਂ ਦਿਖਾਵੇ ਨੂੰ ਹੈ ਇਹ ਇਉਂ ਆਖਿਆ ਪ੍ਰੀਤਾਂ ਪ੍ਰੀਤਾਂ ਹਨ ਪ੍ਰੀਤਾਂ ਨੀ ਪ੍ਰੀਤਾਂ ਪ੍ਰੀਤਾਂ ਨੀ ਭਾਈ ਦੁਨੀਆਂ ਦੀ ਹੈ ਸਭ ਕ੍ਰੀਤਾਂ ਕੱਕਾ ਮੂਰੇ ਲਾ ਕੇ ਕਿਆ ਕਮਾਲ ਦੀ ਗੱਲ ਕੀਤੀ ਹੈ ਪ੍ਰੀਤਾਂ ਨੀ ਕ੍ਰੀਤਾਂ ਯਾਦਾਂ ਨਹੀਂ ਭੁੱਲਾ ਹਨ ਤਦੇ ਮੇਰਾ ਚੋਜੀ ਇਹਨਾਂ ਪ੍ਰੀਤਾਂ ਨੂੰ ਆਖਦਾ ਹੈ ਜੇਤੀ ਮੋਹ ਪ੍ਰੀਤ ਸਵਾਦ ਸਭਾ ਕਾਲਕ ਦਾਗਾ ਨਾ ਭਾਈ ਪ੍ਰੀਤ ਹੋਵੇ ਅਸਾਂ ਅੰਦਰ ਅੰਦਰ ਬੰਨੇ ਬੰਨੀ ਬਣਾਏ ਹੋਵਣ ਸਤਿਗੁਰੂ ਨੇ ਮਾਂ ਪੁੱਤ ਬਣਾਏ ਹੋਣ ਸਤਿਗੁਰੂ ਨੇ ਭੈਣ ਭਰਾ ਬਣਾਏ ਹੋਵਣ ਸਤਿਗੁਰੂ ਨੇ ਬਾਵਨ ਧੀ ਬਣਾਏ ਹੋਵਣ ਸਤਿਗੁਰੂ ਨੇ ਇੱਕ ਦੂਏ ਨੂੰ ਤਨ ਮਨ ਯਾਦ ਆਵੇ ਸੱਚ ਖੰਡ ਤਾਂ ਸੰਸਾਰ ਦਾ ਰੰਗ ਹੋਰ ਹੋਵੇ ਰੱਬੀ ਰਹਿਣ ਵਾਲੇ ਨਾਨਕ ਪਿਆਰ ਤਾਰ ਨਾਲ ਜੁੜੇ ਹੋਏ ਹੋਣ ਤਾਂ ਉਹ ਕਹਿੰਦੇ ਇੱਕ ਜੋੜੇ ਬਸ ਹੈ ਦੁਨੀਆਂ ਨੂੰ ਪਤਾ ਦੇ ਇੱਕ ਦੂਏ ਨੂੰ ਤਨ ਮਨ ਯਾਦ ਆਵੇ ਸੱਚ ਖੰਡ ਤਾਂ ਸੰਸਾਰ ਨਲ ਇਕੱਠੇ ਹੋਏ ਜੋੜੀਆਂ ਥੋੜੀਆਂ ਨਲ ਤਾਂ ਸੰਸਾਰ ਦਾ ਰੰਗ ਹੋਰ ਹੋਵੇ ਭਾਈ ਮੈਨੂੰ ਨਾ ਆਖੋ ਉਲਪਟਾਂ ਪਰ ਚੜ ਕੇ ਹੱਥ ਮਾਰ ਕੇ ਮੈਨੂੰ ਆਖੋ ਸਾਡੀਆਂ ਧੜੇ ਬੰਦੀਆਂ ਪ੍ਰੀਤਾਂ ਹਨ ਬਾਵਲਿਆਂ ਦੇ ਹਸਪਤਾਲ ਆ ਮੌਤਾਂ ਤੱਕਣ ਆ ਜਾਵਾਂ ਪਰ ਤੁਸੀਂ ਪ੍ਰੀਤ ਪ੍ਰੀਤ ਨਾ ਕੂਕੋ ਹੋਵੇ ਪ੍ਰੀਤ ਤੇ ਤੁਹਾਡੇ ਆਪਸ ਵਿਚ ਹੋਵਣ ਇਹ ਲੁੱਟਾਂ ਆ ਦੇਖੋ ਹੁਣ ਪ੍ਰੀਤ ਹੋਵੇ ਤਾਂ ਕੁਛ ਹੋਰ ਮੰਦਰਾਂ ਦੀ ਸੀਟਾਂ ਚ ਗਿੱਪੀਆਂ ਛੋ ਰਿਹਾ ਪ੍ਰੀਤ ਦੀ ਕੋਈ ਗੱਲ ਹੈ ਉੱਥੇ ਮੈਨੂੰ ਇਸ਼ਾਰਾ ਚੜਾਵਾ ਉੱਥੋਂ ਵੀ ਮਿਲ ਜਾਵੇ ਉੱਥੋਂ ਵੀ ਮਿਲ ਜਾਵੇ ਸੈਕਟਰੀ ਕਹਿੰਦਾ ਮੇਰੇ ਵੀ ਕੁਛ ਪੱਲੇ ਪੈ ਜਾਵੇ ਪ੍ਰੈਜ਼ੀਡੈਂਟ ਕਹਿੰਦਾ ਮੈਂ ਵੀ ਕੁਛ ਹੁਣ ਖੱਟ ਲੈਣਾ ਹੋਏ ਤੜਾ ਬਾਜੀ ਸਾਰੀ ਹਾਂ ਇਹ ਫੁੱਟਾਂ ਇਹ ਫੋਟਾਂ ਇਹ ਭਰਾਵਾਂ ਪਾਂਡਵ ਕੈਰਵਾਂ ਦੇ ਮਹਾਭਾਰਤ ਮਹਾਭਾਰਤ ਬਣਿਆ ਗੁਰਦੁਆਰਾ ਚ ਬਣਿਆ ਬਾਹਰ ਤਾਂ ਬਣਨਾ ਹੀ ਹਾਂ ਜੀ ਗਲੀ ਗਲੀ ਖੂਨੀ ਮਹਾਭਾਰਤ ਹਾਂ ਜੀ ਇਹ ਦਿਲ ਤੋੜ ਸੀਨਾ ਜੋਰੀਆਂ ਇਹ ਨਫ਼ਰਤਾਂ ਇਹ ਲੱਠ ਮਾਰੀਆਂ ਇਹ ਆਹੋ ਜਾਰੀਆਂ ਇਹ ਪਾਪ ਇਹ ਅਤਿਆਚਾਰ ਇਹ ਗਰੀਬਾਂ ਅਮੀਰਾਂ ਦੇ ਫਰਕ ਇਹ ਸੋਹਣੇ ਮਨੁੱਖੀ ਦਿਲਾਂ ਵਿਚ ਕਠੋਰ ਕਟਾਰੀਆਂ ਦੀ ਕਾਟਾਂ ਨਹੀਂ ਸਵਾਦ ਆਉਂਦਾ ਸਾਨੂੰ ਇੱਕ ਦੂਸਰੇ ਤਿੱਖੇ ਲੱਭ ਲੱਭ ਕੇ ਲਫ਼ਜ਼ ਨਾ ਇਹ ਸੰਸਾਰੀ ਧੜਾਬੰਦੀ ਪ੍ਰੀਤ ਨਹੀਂ ਪ੍ਰੀਤ ਠੰਡ ਵਰਤਾਉਂਦੀ ਹੈ ਠੰਡ ਦੂਸਰੇ ਪਾਸੇ ਆ ਸੰਸਾਰੀ ਹਾਲਤ ਨਕਸ਼ਾ ਖਿੱਚੀ ਦਿੱਤਾ ਉਹਨੇ ਧੜਾਬੰਦੀ ਅੱਗ ਵਰਸਾਉਂਦੀ ਅੱਗ ਵਰਸਾਉਂਦੀ ਦੇਖੋ ਹਾਂਜੀ ਪ੍ਰੀਤ ਠੰਡ ਪਾਉਂਦੀ ਹੈ ਪ੍ਰੀਤ ਸੁਖ ਦਿੰਦੀ ਹੈ ਧੜਾਬੰਦੀ ਜਨਮਾਂ ਦੇ ਪਵਾੜੇ ਪੈਦਾ ਪਵਾੜੇ ਪ੍ਰੀਤ ਹਰਾ ਭਰਾ ਕਰਦੀ ਹੈ ਧੜਾਬੰਦੀ ਜਾਲਦੀ ਜਾਲਦੀ ਅਜੇ ਤੁਹਾਡੀ ਧੜਾਬੰਦੀ
ਉਹ ਤਾਲਾਬੰਦੀ ਤਾਂ ਇੱਥੇ ਪਹਿਲਾਂ ਅੰਦਰੇ ਤਾਲਾਬੰਦੀ ਸ਼ੁਰੂ ਹੁੰਦੀ, ਫਿਰ ਘਰ ਸ਼ੁਰੂ ਹੋ ਜਾਂਦੀ, ਫਿਰ ਉਹ ਮਜ਼ਬਾਂ ਚ ਵੀ ਜਾਵੜੀ, ਗੁਰਦੁਆਰੇ ਚ ਵੀ ਜਾਵੜੀ ਤਾਲਾਬੰਦੀ। ਹੁਣ ਕਿੱਥੇ ਠੰਡ ਕਿੱਥੋਂ ਪਿਆ, ਠੰਡ ਪਾਲਦੇ, ਠੰਡ ਕਿੱਥੇ ਮਿਲੇ, ਠੰਡ ਤਾਂ ਭਾਈ ਇੱਕ ਜਗ੍ਹਾ ਹੈ ਜਿੱਥੇ ਪ੍ਰੀਤ ਹੈ, ਜਿੱਥੇ ਉਹ ਕੋਈ ਹੈਗਾ ਅਮਲੀ, ਉਹ ਭਾਈ ਜਾ ਕੇ ਲੈ ਲੋ ਠੰਡ ਉੱਥੋਂ। ਉਹ ਅਮਲੀ ਤਾਂ ਹੋਰ ਕਿਤੋਂ ਅਮਲੀ ਮਿਲਣਾ, ਉਸੇ ਕੋਲੇ ਮਿਲਣਾ, ਕਿ ਉਹ ਜਿਹੜਾ ਉਹ ਜਾਊਗਾ ਅਮਲੀ ਕੋਲ ਮਿਲੇ। ਪ੍ਰੀਤ ਜਿੰਦ ਹੈ, ਜਾਨ ਹੈ, ਜਾਨ ਹੈ, ਆਜ਼ਾਦੀ ਹੈ, ਹਾਂਜੀ, ਤਾਲਾਬੰਦੀ ਮੌਤ ਹੈ, ਕੈਦ ਹੈ, ਬੰਦ ਹੈ, ਆਦਿ ਫਸਦੇ ਹੁੰਦੇ। ਬਸ ਜੀ, ਪ੍ਰੀਤ ਤਾਂ ਅਲਾਹੀ ਹੱਥਾਂ ਵਿੱਚ ਪਗੜੀ ਲੜਾਈ ਚੱਲ ਹਾਂ। ਬਸ ਜੀ, ਪ੍ਰੀਤ ਤਾਂ ਅਲਾਹੀ ਹੱਥਾਂ ਵਿੱਚ ਪਕੜੀ ਡੋਰੀ ਨਾਲ ਵੱਧੇ ਦਿਲ ਦੀ ਚਾਲ ਹੈ। ਦੇਖੋ ਫਿਰ ਪੜ੍ਹੀ। ਬਸ ਜੀ, ਪ੍ਰੀਤ ਤਾਂ ਅਲਾਹੀ ਹੱਥਾਂ ਵਿੱਚ ਪਕੜੀ ਡੋਰੀ ਨਾਲ ਵੱਧੇ ਦਿਲ ਦੀ ਚਾਲ ਹੈ। ਗੁਰੂ ਨਾਨਕ ਦੇ ਡੋਰ, ਪਿਆਰ ਦੀ ਡੋਰ ਇੱਥੇ ਦਿਲ ਨਾਲ ਇੱਥੇ ਫਸੀ ਹੋਵੇ ਤੇ ਉਹ ਜਿਵੇਂ ਮਰਜ਼ੀ, ਜਿਵੇਂ ਡੋਰੀ ਹਿੱਲੇ ਜਿਵੇਂ ਇਹ ਚੱਲੇ, ਜਿਵੇਂ ਚੱਲੇ। ਸੰਸਾਰ ਵਿੱਚ ਪ੍ਰੀਤ ਦਾ ਕਾਰ ਕਿਵੇਂ ਚੱਲੇ, ਇੱਥ ਪਿੱਛੇ ਨਹੀਂ, ਉਹ ਡੋਰੀ ਵਾਲਾ, ਡੋਰੀ ਵਾਲਾ ਮਾਲਕ ਗੁਰੂ ਨਾਨਕ। ਮੈਂ ਮੇਰੀ ਤਾਂ ਨਹੀਂ, ਮੈਂ ਮੇਰੀ ਨਹੀਂ, ਉਹ ਮੈਂ ਮੇਰੀ ਨੂੰ ਡੋਰ ਪੈ ਜਾਂਦੀ, ਉਹ ਮੈਂ ਮੇਰੀ ਉਹ ਚੱਲਦੀ, ਉਹ ਉਸ ਡੋਰ ਦੇ ਅਨੁਸਾਰ ਮੈਂ ਮੇਰੀ ਚੱਲਦੀ, ਆਪਣੀ ਮੈਂ ਮੇਰੀ ਨਹੀਂ ਰਹਿੰਦੀ, ਉਹ ਕਿਸੇ ਦੇ ਕਿਸੇ ਹੋਰ ਡੋਰੀ ਚ ਬੈਸਰੀਤ ਐਵੇਂ ਅਸੀਂ ਕਹਿੰਦੇ ਰੱਖੋ ਰੱਖਣ ਹਾਰ ਦਿਆਲਾ, ਬੜੇ ਜ਼ੋਰ ਜ਼ੋਰ ਨੱਚਦੇ ਰੱਖੋ ਦਿਆਲਾ, ਕੋਈ ਨੀ ਐਵੇਂ ਕੱਛਾ ਮਾਰ ਕੇ ਲੰਬੇ ਹੋ ਜਾ, ਕਾਨੂੰ ਆਂਦਾ ਵੀ ਮੰਨਿਆ ਨਹੀਂ, ਹਾਂ ਮੈਂ ਗੋਲਾ ਬਣ ਗਿਆ, ਹੈ ਹੈ ਜੇ ਮੈਂ ਗੋਲਾ ਗੋਲਾ ਬਣ ਗਿਆ, ਮੇਰੇ ਬੱਚੇ ਕਿਵੇਂ ਕਾਨ ਗੋਲੇ ਬਣ ਨਾ ਬੈਠੇ ਪਰ। ਬਸ ਜੀ, ਪ੍ਰੀਤ ਤਾਂ ਅਲਾਹੀ ਹੱਥਾਂ ਵਿੱਚ ਪਕੜੀ ਡੋਰੀ ਨਾਲ ਵੱਧੇ ਦਿਲ ਦੀ ਚਾਲ ਹੈ, ਚਾਲ ਹੈ, ਉਹ ਦਿਲ ਚੱਲਦਾ ਉਵੇਂ ਹੈ ਜਿਵੇਂ ਉਹ ਟੁਰ ਕੇ ਮਾਰਦਾ, ਜਿਵੇਂ ਸਾਡਾ ਮੈਂ ਮੇਰੀ ਚਲਾਉਂਦੀ ਹੈ, ਮੈਂ ਮੇਰੀ, ਜਿਵੇਂ ਡੋਰੀ ਹਿੱਲੇ ਤਿਵੇਂ ਚੱਲੇ। ਇਸ ਸੰਸਾਰ ਵਿੱਚ ਅੰਨ ਦਾ ਕਾਲ ਨਹੀਂ, ਹਾਂ ਸੁਣੋ ਜੀ, ਧਨ ਦਾ ਕਾਲ ਨਹੀਂ, ਮਨ ਦਾ ਕਾਲ ਨਹੀਂ, ਦਿਲ ਲਗੀ ਦਾ ਕਾਲ ਨਹੀਂ, ਜੋਗਾਂ ਭੋਗਾਂ ਦਾ ਕਾਲ ਨਹੀਂ, ਕਿਸੇ ਪਦਾਰਥਕ ਚੀਜ਼ ਦਾ ਕਾਲ ਨਹੀਂ, ਰੱਬ ਨੇ ਅੱਤ ਹੀ ਚਾਈ ਹੋਈ ਹੈ, ਸੂਰ ਚੰਦ ਦੀ ਰੋਸ਼ਨੀ ਖਲੇਰ ਦਿੱਤੀ, ਜਲ ਫਲ ਬੇਅੰਤੀ ਵਿਛਾ ਦਿੱਤੇ, ਹਵਾ ਦੇ ਇੰਨੇ ਗੁੰਬਦ ਬਣਾ ਦਿੱਤੇ, ਆਕਾਸ਼ ਇੰਨਾ ਅਨੰਤ ਫੈਲਾ ਦਿੱਤਾ, ਮਨ ਦੀਆਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਦੇ ਢੇਰਾਂ ਦੇ ਢੇਰ ਲਾ ਦਿੱਤੇ, ਸਰਬ ਥੀ ਮਹਿੰਗੀਆਂ ਚੀਜ਼ਾਂ ਇੰਨੀਆਂ ਪ੍ਰਾਪਤ ਕਰਾਈਆਂ ਜੋ ਉਹ ਸਭ ਅਮੁੱਲੀਆਂ ਲੱਭ ਪੈਂਦੀਆਂ ਹਨ, ਇਤਨਾ ਧਨ ਹੈ ਜੋ ਜਿੱਥੇ ਮਨੁੱਖ ਚਾਹੁੰਦੇ ਹਨ ਉਹ ਸੋਨੇ ਚਾਂਦੀ ਜਵਾਹਰਾਤ ਨਾਲ ਜੜੀਆਂ ਜਾ ਸਕਦੀਆਂ ਹਨ, ਇੰਨਾ ਮਨ ਹੈ ਜੋ ਸੂਰਜ ਤੇ ਚੰਨ ਕੱਪੜੇ ਆਣ ਧੋਏ ਤੇ ਦੇਗ ਚੇ ਚਾੜੇ ਤੇ ਹਵਾਵਾਂ ਬਹਾਰੀਆਂ ਫੇਰਨ, ਬਦਲਾਂ ਦੀਆਂ ਬਿਜਲੀਆਂ ਕਮਰੇ ਨੂੰ ਆਣ ਰੋਸ਼ਨ ਕਰਨ, ਕੁਦਰਤ ਹੱਥ ਜੋੜ ਅੱਗੇ ਖਲੋਵੇ, ਸਮੁੰਦਰਾਂ ਦੀ ਛਾਤੀ ਪਰ ਸੜਕਾਂ ਬਣ ਜਾਣ, ਰਿੱਧੀਆਂ ਸਿੱਧੀਆਂ ਲੋਹੇ ਦੇ ਇੰਜਣਾਂ ਨੂੰ ਬਖਸ਼ ਦਿੱਤੀਆਂ ਜਾਣ, ਇੰਨੀ ਲੁੱਟ ਪਾਈ ਜਾਵੇ ਪਰ ਘਾਟਾ ਹੈ ਤਾਂ ਪ੍ਰੀਤ ਦਾ, ਸਿਰਫ ਹੈ ਇਸ ਤੋਂ ਬਗੈਰ ਜੋ ਕੁਛ ਹੈ, ਨਾਮ ਬਿਨਾ ਪ੍ਰੀਤ, ਪ੍ਰੀਤ ਦਾ ਨਾਮ ਨਾਮ ਗੁਰੂ ਸਾਹਿਬ ਨੇ ਦਿੱਤਾ, ਇਸ ਤੋਂ ਬਗੈਰ ਨਾਮ ਬਿਨਾ ਸਭ ਪੂਰਾ ਗੱਲ ਹੀ ਓਛੀਆਂ ਕਰੀ ਜਾਓ ਵੀ, ਦੁੱਧ ਰੁੜਕੀ ਪਾਣੀ ਰੁੜਕੀ ਜਾਓ, ਪਾਣੀ ਰੁੜਕੀ ਜਾਓ, ਨਾਮ ਬਿਨਾ ਸਭ ਕੁਛ, ਇਹ ਪ੍ਰੀਤ ਬਗੈਰ ਸਭ ਕੂੜ ਹੈ, ਕੂੜ ਹੈ। ਚਿੜੀਆਂ ਹਰੇਕ ਚੁੱਪ ਚੁੱਪ ਪ੍ਰੀਤ ਵਿੱਚ ਬੋਲ ਰਹੇ, ਪਰ ਉਹਨਾਂ ਨੂੰ ਪਤਾ ਨਹੀਂ ਸੀ, ਪਰ ਗੁਰੂ ਜੀ ਨੇ ਸੁਣਦੇ, ਆਹ ਸਾਡਾ ਹਰਬੰਸ ਸਿੰਘ ਉੱਥੇ ਸੁਣਦਾ ਪੱਤਿਆਂ ਚੋਂ ਪੱਥਰਾਂ ਚੋਂ ਗੀਤੀਆਂ ਚੋਂ ਅਰਜੁਨ ਬੋਲੀ।
ਹਾਂ ਜੀ ਚੁੱਪ ਵਿਚ ਕੂਕਾ ਹੋਣ ਪਤਾ ਉਹਦਾ ਨਾਮ ਕੀ ਰੱਖਿਆ ਉਹਦਾ ਨਾਮ ਰੱਖਿਆ ਈੜੀ ਸਸਕ ਕੂੜ ਨਖੁੱਟੇ ਤੇ ਕੂੜ ਸੱਚ ਦੀ ਜੀਤ ਹੋਵੇ ਤੇ ਸਤਿ ਅਕਾਲ ਦੇ ਜੈਕਾਰੇ ਹੋਵਣ ਗੁਰਮੁਖੀ ਪ੍ਰੀਤ ਲਹਿਰਾਂ ਬਸ ਇੱਕ ਨਿੱਕੀ ਕਣੀ ਪ੍ਰੀਤ ਦੀ ਜਦ ਆਣ ਵਸੇ ਤਾਂ ਉਹ ਧੰਨ ਪਾਲ ਸਿੰਘ ਹੋਇਆ ਉਹ ਸੁਹਾਗਣ ਸਿੰਘ ਨਹੀਂ ਹੋਈ ਕਿਣਕਾ ਏਕ ਜੀਆ ਵਸਾਵੇ ਤਾਂ ਕਿ ਮਹਿਮਾਂ ਕਣੀ ਨਾ ਆਵੇ ਇਹਨਾਂ ਪ੍ਰੀਤ ਵਾਲਿਆਂ ਦੇ ਗੁਰਮੁਖ ਜੀਵਨ ਮਨੁੱਖ ਮਨ ਨੂੰ ਸਿੱਧਾ ਕਰਦੇ ਹਨ ਸਿੱਧਾ ਕਰਦੇ ਨਹੀਂ ਤੇ ਸਿੱਧਾ ਨਹੀਂ ਹੁੰਦਾ ਤਾਂ ਇੰਨਾ ਬਿੰਗਾ ਹੋਇਆ ਹੈ ਇੰਨਾ ਕੋਈ ਜਨਮਾਂ ਜਮਾਂ ਤਾਂ ਵੇਲਿਆ ਖਮੀ ਉਹ 84 ਲੱਖ ਜਨਮਾਂ ਦੇ ਸੰਸਕਾਰ ਲਈ ਫਿਰਦੇ 84 ਲੱਖ ਇਹ ਭਾਈ ਸਾਹਿਬ ਵੀਰ ਸਿੰਘ ਦੇ ਭਰਾ ਡਾਕਟਰ ਬਲਵੀਰ ਸਿੰਘ ਨੇ ਕਿਤਾਬ ਲਿਖੀ ਹੈ ਬਹੁਤ ਕਮਾਲ ਦੀ ਹੈ ਮਸ਼ਹੂਰ ਨਹੀਂ ਹੋਇਆ ਪਰ ਬਹੁਤ ਡੂੰਘੀਆਂ ਕਿਤਾਬਾਂ ਆਉਂਦੀਆਂ ਉਹ ਲੰਮੀ ਨਜ਼ਰ ਉਹਦਾ ਨਾਮ ਹੈ ਉਹ ਕਹਿੰਦਾ ਅਸੀਂ ਜ਼ਰੂਰ ਤੁਹਾਡੀ ਚਿੜਿਆ ਕਰ ਕਿਸਮ ਕਿਸਮ ਦੇ ਜਾਨਵਰ ਉੱਥੇ ਜਾ ਕੇ ਦੇਖੇ ਕਿਸਮ ਕਿਸਮ ਦੀਆਂ ਬੋਲੀਆਂ ਮੇਰੇ ਕਿਸਮ ਦੀ ਸ਼ਕਲਾਂ ਕਿਸਮ ਕਿਸਮ ਦੀ ਉਹਨਾਂ ਦੀ ਰਹਿਤ ਹੈ ਕੋਈ ਛਾਲ ਮਾਰਦਾ ਹੈ ਕੋਈ ਉੱਡਦਾ ਹੈ ਕੋਈ ਤੁਰਦਾ ਹੈ ਹੋਰ ਤਰ੍ਹਾਂ ਕਿਸੇ ਦੇ ਪੈਰ ਕਿਸੇ ਦੇ ਕਿਸੇ ਸ਼ਕਲ ਤੇ ਕਿਸੇ ਚੁੰਝ ਗਈ ਜੀ ਅੱਡ ਅੱਡ ਇਹਦੇ ਮੂੰਹ ਡਰਾਉਣੇ ਹੈ ਹਰ ਇੱਕ ਕਿਸਮ ਦੇ ਜਾਨਵਰ ਹੈ ਜੀ ਕਹਿੰਦਾ ਇਨਸਾਨ ਇਸ ਇਨਸਾਨ ਦੇ ਅੰਦਰ ਸਾਰੀ ਜ਼ੂ ਭਰੀ ਪਈ ਜੀ ਕਿਉਂਕਿ ਸਾਰਿਆਂ ਚੋਂ ਨਿਕਲ ਜਿਸ ਜਾਨਵਰਾਂ ਚੋਂ ਅਸੀਂ ਨਿਕਲ ਕੇ ਆਏ ਹੈ ਜੂਨਾਂ ਚੋਂ ਔਰ ਸੰਸਕਾਰ ਨਾਲ ਲੈ ਕੇ ਨਾਲ ਨਾਲ ਉਹਦੇ ਸੰਸਕਾਰ ਤੇ ਇਸ ਕਰਕੇ ਮੈਨ ਇਜ਼ ਕੰਪਲੀਟ ਜ਼ੂ ਮੂਵਿੰਗ ਜ਼ੂ ਇਹਨੇ ਸੰਸਕਾਰਾਂ ਲੈ ਕੇ ਵਿਚਾਰਾ ਕੀ ਕਰੇ